ਅਸਲਾਮੁਅਲੈਕੁਮ, ਵੈਲਕਮ ਟੂ ਬਾਜਵਾ ਵਿਲਾਗ। ਨਵੀਂ ਵੀਡੀਓ 'ਚ ਤੁਹਾਨੂੰ ਵੈਲਕਮ ਕਰਨੇ ਆ। ਅੱਜ ਅਸੀਂ ਸੁਣਾਂਗੇ ਇੱਕ ਗਾਣਾ, ਅਤੇ ਗਾਣਾ ਜਿਹੜਾ ਗਾਉਣ ਵਾਲੇ ਬੰਦੇ ਨੇ ਉਹ ਨੇ ਮੇਰੀ ਬਰਾਦਰੀ ਦੇ, ਅਤੇ ਪਹਿਲੇ ਗਾਣਾ ਸੁਣ ਲਈ ਨਹੀਂ, ਉਹ ਨੇ ਜੈਸ ਬਾਜਵਾ ਦਾ ਆਪਾਂ ਗਾਣਾ ਸੁਣਨ ਲੱਗੇ ਹਾਂ, ਅਤੇ ਗਾਣਾ ਸੁਣ ਕੇ ਫਿਰ ਆਪਾਂ ਉਸ ਗੱਲਬਾਤ ਕਰਨੇ ਹਾਂ। ਚਲੋ ਠੀਕ ਹੈ, ਪਹਿਲੀ ਦਫ਼ਾ ਹੀ ਸੁਣਨ ਲੱਗੇ ਹਾਂ ਆਪਾਂ, ਪਹਿਲੀ ਦਫ਼ਾ ਉਹਨਾਂ ਨੂੰ ਅਸੀਂ ਸੁਣਨ ਲੱਗੇ ਹਾਂ, ਕਿਉਂਕਿ ਇੱਟ ਫਰੋੜੋ ਅਤੇ ਉਹਦੇ ਵਿੱਚੋਂ ਸਿੰਗਰ ਲੱਭਦਾ ਚੜ੍ਹਦੇ ਪੰਜਾਬ 'ਚੋਂ, ਅਤੇ ਇੱਕ ਸਾਨੂੰ ਹੋਰ ਸਿੰਗਰ ਦਰਿਆਫਤ ਹੋ ਗਿਆ, ਅਤੇ ਚਲੋ ਉਹਨਾਂ ਦਾ ਗਾਣਾ ਸੁਣੀਏ। ਕਈਆਂ ਕੋਲ ਚਿੱਟੀਆਂ ਤੇ ਕਈਆਂ ਕੋਲ ਕਾਲੀਆਂ, ਕੱਢ ਕੇ ਪਿੰਡਾਂ ਚੋਂ ਚੰਡੀਗੜ੍ਹ ਵੱਲ ਪਾ ਲੀਆਂ। ਕਈਆਂ ਕੋਲ ਚਿੱਟੀਆਂ ਤੇ ਕਈਆਂ ਕੋਲ ਕਾਲੀਆਂ, ਕੱਢ ਕੇ ਪਿੰਡਾਂ ਚੋਂ ਚੰਡੀਗੜ੍ਹ ਵੱਲ ਪਾ ਲੀਆਂ। ਉਹ ਲਾ ਕੇ ਅੱਖਾਂ ਉੱਤੇ ਰੱਖਦੇ ਡਿਓਰ ਗੱਭਰੂ, ਫੀਮ ਡੱਬੀ ਵਿੱਚ ਰੱਖਦੇ ਪਿਓਰ ਗੱਭਰੂ, ਪੂਰੇ ਸ਼ੌਂਕ ਨਾਲ ਕੱਢਦੇ ਆ ਟੌਰ ਗੱਭਰੂ, ਤੇ ਪਾਉਂਦੇ ਕੁੜਤੇ ਪਜਾਮੇ ਨਾਲ ਬੂਟ ਗੋਰੀਏ। ਜੱਟ ਜਿਹੜਾ ਏ ਉਹ ਚੱਲਾ ਏ ਜੀ ਚੰਡੀਗੜ੍ਹ ਆਪਣੇ ਬੇਲੀਆਂ ਦੇ ਨਾਲ, ਆਪਣੇ ਗੇੜੇ ਮਾਰਨ ਪਿੰਡ, ਆਪਣੇ ਗੇੜੀਆਂ ਮਾਰਨ, ਤੇ ਕਿਸੇ ਕੋ ਕਾਲੀਆਂ ਗੱਡੀਆਂ ਨੇ ਤੇ ਕਿਸੇ ਕੋ ਚਿੱਟੀਆਂ ਨੇ, ਸਕਾਰਪੀਓ ਪਸੰਦ ਜੋ ਉਹਨਾਂ ਨੂੰ। ਹਾਂ, ਸਕਾਰਪੀਓ ਤੇ ਆਪਣੇ ਟਰੈਕਟਰ ਵੀ ਵਿਖਾਏ ਨੇ। ਚਲੋ ਟੌਰਚਰ ਵਿਖਾਈਏ ਜੱਟ ਨੇ ਨਾ ਇਹਦੇ ਵਿੱਚ ਪੂਰੀ ਗਾਣੇ ਵਿੱਚ, ਜੱਟਾਂ ਦੀ ਟੌਰ ਫਿਰ ਬਣਦੀ ਕਿ ਤੇ ਨਾਲ ਅਸਲੇ ਨਾਲ ਟਰੈਕਟਰ ਨਾਲ ਤੇ ਗੱਡੀਆਂ ਦੇ ਨਾਲ। ਚਲੋ ਗਾਣਾ ਵਧੀਆ ਬਣਾਇਆ ਹੈ, ਤੁਹਾਨੂੰ ਕਿਵੇਂ ਦਾ ਲੱਗਾ ਹੈ?
ਸਾਹਮਣੇ ਵਾਲੇ ਜਿਹੜੇ ਮੇਰੇ ਵੀਰੇ ਵੇਖਣ ਡਏ ਨੇ ਉਹਨਾਂ ਨੂੰ ਕਿਵੇਂ ਦਾ ਲੱਗਾ ਉਹ ਦੱਸਣ ਸਾਨੂੰ ਕਮੈਂਟਸ ਵਿੱਚ ਤੇ ਆਪਾਂ ਕੋਈ ਹੋਰ ਵੀਡੀਓ ਲਾ ਦਿੰਦੇ ਹਾਂ ਤੇ ਆਪਾਂ ਸਿੰਗਰ ਹੀ ਸੁਣਿਆ ਅੱਜ ਪਹਿਲੀ ਵਾਰ ਲੇਕਿਨ ਇੱਕ ਅੱਛਾ ਲੱਗਾ ਇਹਨਾਂ ਦੀ ਵੌਇਸ ਵੀ ਅੱਛੀ ਹੈ ਇਹਨਾਂ ਦੀ ਗਾਣਾ ਵੀ ਬੜਾ ਵਧੀਆ ਬਣਾਇਆ ਹਾਂਜੀ ਚਲੋ ਅਸੀਂ ਹੋਰ ਵੀਡੀਓ ਵੇਖਨੇ ਆ ਤੇ ਤੁਸੀਂ ਰੱਖੋ ਆਪਣਾ ਖਿਆਲ ਫਿਰ ਨਵੀਂ ਵੀਡੀਓ ਤੁਹਾਨੂੰ ਮਿਲਦੀ ਹੈ।